ਸ਼ੁਰੂ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਜੀ ਜੋ ਕਿ ਆ ਚੁੱਕੀ ਹੈ ਡਾਇਰੈਕਟ ਪੰਜਾਬ ਪਲੱਸ ਦੀ ਭਰਤੀ ਦੇ ਰਿਜ਼ਲਟ ਨੂੰ ਲੈ ਕੇ ਸੋ ਕਨਸਟੇਬਲ ਭਰਤੀ ਨੂੰ ਲੈ ਕੇ ਕਾਫੀ ਸਾਰੇ ਕਮੈਂਟ ਜਿਹੜੇ ਆ ਜੀ ਸਾਨੂੰ ਅਲੱਗ-ਅਲੱਗ ਵੀਡੀਓਜ਼ ਤੇ ਆ ਰਹੇ ਹਨ ਕਿ ਭਰਤੀ ਦਾ ਰਿਜ਼ਲਟ ਕਦੋਂ ਆਊਗਾ ਫਿਜ਼ੀਕਲ ਦੀ ਡੇਟ ਤਾਂ ਆ ਚੁੱਕੀ ਹੈ ਬਾਕੀ ਬਾਕੀ ਡਿਟੇਲਸ ਕਿਤੇ ਵੀ ਨਹੀਂ ਪਤਾ ਲੱਗ ਰਹੀਆਂ ਕਿ ਕਦੋਂ ਆਣਾ ਹੈ ਕਿੱਦਾਂ ਆਏਗਾ ਕਿੱਦਾਂ ਚੈੱਕ ਕਰਨਾ ਸੋ ਮੈਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਰਿਲੇਟਡ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੂਗਾ ਤੇ ਨਾਲ ਦੇ ਨਾਲ ਤੁਸੀਂ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਸੋ ਇਸ ਦੇ ਲਈ ਅਸੀਂ ਹਰ ਇੱਕ ਅਪਡੇਟ ਆਪਣੇ ਚੈਨਲ ਤੇ ਕਰਦੇ ਹਾਂ ਚਾਹੇ ਉਹ ਭਰਤੀ ਦਾ ਹੋਵੇ ਚਾਹੇ ਉਹ ਰਿਜ਼ਲਟ ਦਾ ਹੋਵੇ ਚਾਹੇ ਐਗਜ਼ਾਮੀਨੇਸ਼ਨ ਨੂੰ ਲੈ ਕੇ ਕੋਈ ਵੀ ਅਪਡੇਟ ਆਇਆ ਹੋਵੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇਨੇ ਹੈ ਆਪਣੇ ਚੈਨਲ ਦੇ ਮੀਡੀਅਮ ਦੇ ਥਰੂ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਆਪਣੇ ਯਾਰਾਂ ਬੇਲੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਜੀ ਤੇ ਚਲੋ ਹੁਣ ਮੈਂ ਤੁ ਦੀ ਇਸ ਅਪਡੇਟ ਦੇ ਉੱਪਰ ਤੇ ਦੱਸ ਦਾਂ ਪੂਰੀ ਇਨਫੋਰਮੇਸ਼ਨ ਕਿ ਕੀ ਕੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਆਈ ਹੋਈ ਹੈ ਰਿਜ਼ਲਟ ਨੂੰ ਲੈ ਕੇ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰ ਲੈਣੇ ਹੈ ਕਿ ਇਸ ਦੇ ਰਿਲੇਟਡ ਰਿਜ਼ਲਟ ਕਦੋਂ ਆਏ ਸੋ ਰਿਜ਼ਲਟ ਜਿਹੜਾ ਹੈ ਜੀ ਪਰ ਜਿੰਦਾਂ ਕਿ ਤੁਹਾਨੂੰ ਪਤਾ ਹੈ ਕੁਝ ਦਿਨ ਪਹਿਲਾਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਜਾਰੀ ਤਾਂ ਨਹੀਂ ਕੀਤਾ ਗਿਆ ਸੀ ਮਤਲਬ ਇੰਟਰਨਲ ਟੀਮ ਦੇ ਵਿੱਚੋਂ ਵਾਇਰਲ ਹੋਇਆ ਸੀਗਾ ਜਿਸ ਦੇ ਵਿੱਚ ਫਿਜ਼ੀਕਲ ਨੂੰ ਲੈ ਕੇ ਉਹਨਾਂ ਨੇ ਅਪਡੇਟ ਦਿੱਤੇ ਨੇ ਜੋ ਕਿ ਜਲੰਧਰ ਪੀਏਪੀ ਦੇ ਵਿੱਚ ਉਹਨਾਂ ਨੇ ਗਰਾਊਂਡ ਜਿਹੜੀਆਂ ਨੇ ਉਹ ਅਕਵਾਇਰ ਕਰ ਲਈਆਂ ਨੇ ਜੋ ਫਿਜ਼ੀਕਲ ਦੇ ਲਈ ਤਿਆਰ ਹੋਣੀਆਂ ਨੇ ਯੂਜ਼ ਹੋਣੀਆਂ ਨੇ ਸੋ ਉਹਦੇ ਰਿਲੇਟਡ ਅਗਰ ਅਸੀਂ ਉਸ ਅਪਡੇਟ ਦੇ ਅਕੋਰਡਿੰਗਲੀ ਜਾਈਏ ਤਾਂ 16 ਤਰੀਕ ਤੋਂ ਜਿਹੜਾ ਫਿਜ਼ੀਕਲ ਹੈ ਉਹ ਸ਼ੁਰੂ ਹੋਏਗਾ ਜੋ ਕਿ ਉਹਨਾਂ ਨੇ ਉੱਥੇ ਮੈਂਸ਼ਨ ਕੀਤਾ ਹੋਇਆ ਹੈ ਸਾਰੇ ਜਿਹੜੇ ਇੰਟਰਨਲ ਟੀਮਸ ਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਸ ਦੇ ਰਿਲੇਟਡ ਸੋ ਉਹਦੇ ਅਕੋਰਡਿੰਗਲੀ ਜਿਹੜਾ ਰਿਜ਼ਲਟ ਹੈ ਜੀ ਉਹ 11 ਜਾਂ 12 ਤਰੀਕ ਨੂੰ ਆ ਜਾਣਾ ਚਾਹੀਦਾ ਸੀ ਲੇਕਿਨ ਹਲੇ ਤੱਕ ਉਹ ਨਹੀਂ ਹੈ ਰਿਜ਼ਲਟ ਜਿੱਥੋਂ ਤੱਕ ਕੀ ਪਤਾ ਲੱਗਿਆ ਹੈ ਜੀ ਰਿਜ਼ਲਟ ਆਲਰੇਡੀ ਤਿਆਰ ਹੋ ਚੁੱਕਿਆ ਹੈ ਪਰ ਉਹਨੂੰ ਅਪਲੋਡ ਨਹੀਂ ਕੀਤਾ ਗਿਆ ਹੈ ਉਹ ਵੀ ਆਉਣ ਵਾਲੇ 1 ਜਾਂ 2 ਦਿਨ ਦੇ ਵਿੱਚ ਉਹ ਅਪਲੋਡ ਕਰ ਦੇਣਗੇ ਕਿਉਂਕਿ ਉਸ ਤੋਂ ਬਾਅਦ ਤੁਹਾਡੇ ਇਸ ਦੇ ਵਿੱਚ ਐਡਮਿਟ ਕਾਰਡ ਵੀ ਜਾਰੀ ਕੀਤੇ ਜਾਣੇ ਨੇ ਉਸ ਦਾ ਵੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤਨੂੰ ਆਸਪਾਸ ਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਜਾਵੇ ਤਾਂ ਉਹਦੇ ਲਈ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਤੇ ਨਾਲ ਜਿਹੜਾ ਦੱਸਣਾ ਚਾਹਾਂਗਾ ਕਿ ਜਿੱਦਾਂ ਹੀ ਐਡਮਿਟ ਕਾਰਡ ਆ ਜਾਂਦੇ ਨੇ ਉਸੇ ਤਰ੍ਹਾਂ ਉਹਦੇ ਨਾਲ ਹੀ ਤੁਸੀਂ ਡਾਊਨਲੋਡ ਕਰਕੇ ਆਪਣੇ ਫਿਜ਼ੀਕਲ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਲੈਣੀ ਹੈ ਜਿਸ ਦੇ ਵਿੱਚ ਤੁਹਾਡੇ ਕੁਝ ਇੱਕ ਚੀਜ਼ਾਂ ਤੁਹਾਨੂੰ ਜ਼ਰੂਰੀ ਹੋਣੀਆਂ ਹੈ ਜਿੱਦਾਂ ਕਿ ਤੁਹਾਡੇ ਸਾਰੇ ਡਾਕੂਮੈਂਟਸ ਜਿੱਦਾਂ ਕਿ ਐਡਰੈਸ ਪ੍ਰੂਫ ਰੈ residențial ਜਿਹਨੂੰ ਆਪਾਂ ਕਹਿ ਦਿੰਨੇ ਪ੍ਰੂਫ ਜੀ ਨਾਲ ਤੁਹਾਡੇ ਕੈਟਾਗਰੀ ਸਰਟੀਫਿਕੇਟਸ ਜਿਹੜੀ ਵੀ ਤੁਹਾਡੇ ਹੈਗੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਰੈ residențial ਪ੍ਰੂਫ ਦੇ ਨਾਲ ਤੁਹਾਡੇ ਬਾਕੀ ਸਾਰੇ ਪ੍ਰੂਫ ਤੁਹਾਨੂੰ ਰੈਡੀ ਰੱਖਣੇ ਨੇ ਠੀਕ ਹੈ ਜੀ ਉਹਦੀ ਇੱਕ ਇੱਕ ਕਾਪੀ ਤੁਹਾਨੂੰ ਜਿਹੜੀ ਹੈ ਜੀ ਆਪਣੇ ਕੋਲ ਰੱਖ ਲੈਣੀ ਹੈ ਤਾਂ ਕਿ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਨਾਲ ਜਿਹੜਾ ਲੈ ਕੇ ਜਾ ਸਕੋ ਹਰ ਇੱਕ ਅਪਡੇਟ ਤੁਹਾਨੂੰ ਜਿਹੜਾ ਮਿਲਦਾ ਰਹੇਗਾ ਜਿੱਦਾਂ ਵੀ ਕੋਈ ਆਊਟ ਹੋਏਗਾ ਤੋਂ ਤੁਸੀਂ ਸਿੰਪਲੀ ਕੀ ਕਰਨਾ ਹੈ ਜੀ ਆਪਣੇ ਸਾਰੇ ਸਰਟੀਫਿਕੇਟ ਰੱਖ ਲੈਣੇ ਨੇ ਪਲੱਸ ਫਿਜ਼ੀਕਲ ਦਾ ਤਿਆਰੀ ਜਿਹੜੀ ਹੈ ਜੀ ਉਹ ਸ਼ੁਰੂ ਕਰ ਦੇਣੀ ਹੈ ਕਿਉਂਕਿ ਇਸ ਵਾਰੀ ਕੰਪੀਟੀਸ਼ਨ ਕਾਫੀ ਟਫ ਹੋਏਗਾ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਜਿਹੜੀ ਹੈ ਜੀ ਗਵਰਨਮੈਂਟ ਵੱਲੋਂ ਵੀ ਮਿਲ ਰਹੀ ਹੈ ਔਰ ਪ੍ਰਾਈਵੇਟ ਜਿਹੜੇ ਇੰਸਟੀਟਿਊਟਸ ਨੇ ਉਹ ਵੀ ਇਹਦੀ ਤਿਆਰੀ ਕਰਵਾ ਰਹੇ ਨੇ ਸੋ ਤੁਹਾਡੇ ਲਈ ਅਗਰ ਤੁਸੀਂ ਕਿਤੇ ਵੀ ਤਿਆਰੀ ਨਹੀਂ ਲੈ ਰਹੇ ਹੋ ਜਾਂ ਆਪਣੀ ਟ੍ਰੇਨਿੰਗ ਨਹੀਂ ਲੈ ਰਹੇ ਹੋ ਤਾਂ ਤੁਹਾਡੇ ਲਈ ਕਾਫੀ ਟਫ ਹੋਣ ਵਾਲਾ ਹੈ ਰਿਟਰਨ ਕਲੀਅਰ ਕਰ ਲਿਆ ਹੈ ਤਾਂ ਤੁਹਾਡੀ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਫਿਜ਼ੀਕਲ ਦਾ ਵੀ ਤਿਆਰੀ ਜਿਹੜੀ ਹੈ ਜੀ ਜਰੂਰ ਕਰੋ ਸੋ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਹੁਣ ਆਪਣੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੇਣੀ ਹੈ ਇੱਕ ਜਾਂ ਦੋ ਦਿਨ ਤੱਕ ਤੁਹਾਡਾ ਰਿਜ਼ਲਟ ਜਿਹੜਾ ਹੈ ਜੀ ਉਹ ਅਪਲੋਡ ਵੀ ਕਰ ਦਿੱਤਾ ਜਾਏਗਾ ਵੈਬਸਾਈਟ ਦੇ ਉੱਪਰ ਜਿੱਦਾਂ ਹੀ ਅਪਡੇਟ ਆਏਗਾ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂਗਾ ਤੁਸੀਂ ਉੱਥੋਂ ਚੈੱਕ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲੈਣਾ ਜੀ ਤੇ ਇਹ ਅਪਡੇਟ ਜਿਹੜੇ ਆ ਜੀ ਕਿਤੇ ਵੈਬਸਾਈਟ ਤੇ ਹਾਲੇ ਨਾਲ ਨਹੀਂ ਦਿੰਦੇ ਨੇ ਕਿ ਕਦੋਂ ਕਿਸ ਟਾਈਮ ਅਪਲੋਡ ਕਰਨਗੇ ਲੇਕਿਨ ਇੱਕ ਪ੍ਰੋਬੈਬਿਲਿਟੀ ਹੈ ਕਿ ਜਿਹੜਾ ਰਿਜ਼ਲਟ ਹੈ ਉਹ ਆਜ ਹੀ ਹੈ ਕੱਲ ਦੇ ਵਿੱਚ ਮਤਲਬ 13 ਜਾਂ 14 ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਮਿਲ ਜਾਏਗਾ ਔਰ ਵੇਖਣ ਨੂੰ ਮਿਲੇਗਾ ਸੋ ਜ਼ਰੂਰ ਤਿਆਰ ਰਹਿਣਾ ਜੀ ਮੈਂ ਚੈੱਕ ਕਰਦਾ ਰਹਾਂਗਾ ਜਿੱਦਾਂ ਹੀ ਵੈਬਸਾਈਟ ਤੇ ਅਪਡੇਟ ਹੋਏਗਾ ਮੈਂ ਤੁਹਾਨੂੰ ਨਾਲ ਦੇ ਨਾਲ ਅਪਡੇਟ ਦੇ ਦਵਾਂਗਾ ਸੋ ਜੁੜੇ ਰਹਿਣਾ ਸਾਡੇ ਨਾਲ ਜੀ ਤਿਆਰੀ ਆਪਣੀ ਪੂਰੀ ਪੱਕੀ ਰੱਖਣਾ ਡਾਕੂਮੈਂਟੇਸ਼ਨ ਵੀ ਕੰਪਲੀਟ ਰੱਖਣਾ ਕਿਉਂਕਿ ਤੁਸੀਂ ਨਿੱਕੀ ਜੀ ਗੱਲ ਪਿੱਛੇ ਆਪਣੀ ਜੌਬ ਤਾਂ ਨਹੀਂ ਛੱਡਣੀ ਅਗਦਲੀ ਤਾਨਵਾਜੀ